Dusty Dictio, SSV Entertainment, ਤੁਹਾਡਾ ਆਪਣਾ ਚੈਨਲ। ਦੋਸਤੋ ਸਾਡੇ ਪਿੰਡਾਂ 'ਚ ਪਹਿਲਾਂ ਰਾਤ ਨੂੰ ਸਾਡੀਆਂ ਦਾਦੀਆਂ ਦਾਦੇ ਕਈ ਵਾਰ ਸਾਡੇ ਮਾਂ ਪਿਓ ਵੀ ਰਾਤ ਨੂੰ ਸਾਨੂੰ ਜਾਂ ਤਾਂ ਬਾਤਾਂ ਪਾਉਂਦੇ ਹੁੰਦੇ ਸੀ ਜਾਂ ਫਿਰ ਕੋਈ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਕਿਉਂਕਿ ਉਦੋਂ ਪਿੰਡਾਂ 'ਚ ਜ਼ਿਆਦਾ ਲੋਕਾਂ ਕੋਲ ਟੈਲੀਵਿਜ਼ਨ ਨਹੀਂ ਸੀਗੇ। ਕੋਈ ਇੱਕ ਅੱਧਾ ਅਮੀਰ ਘਰ ਹੀ ਹੋਊਗਾ ਜਿਹਦੇ ਕੋਲ ਟੈਲੀਵਿਜ਼ਨ ਹੁੰਦਾ ਸੀ। ਬਾਕੀ ਤਾਂ ਰਾਤ ਨੂੰ ਵਿਹੜਿਆਂ 'ਚ ਮੱਛਰਦਾਨੀਆਂ ਲਾ ਕੇ ਕੋਈ ਕਿਤੇ ਪਿਆ ਹੁੰਦਾ ਸੀ ਕੋਈ ਕਿਤੇ, ਕਿਉਂਕਿ ਉਦੋਂ ਰਾਤ ਨੂੰ ਲਾਈਟ ਵੀ ਵਾਲੀ ਨਹੀਂ ਆਉਂਦੀ ਸੀ, ਇਸ ਕਰਕੇ ਪੱਖੇ ਪੁੱਖੇ ਵੀ ਘੱਟ ਹੀ ਹੁੰਦੇ ਸੀ। ਪਰ ਘਰਾਂ ਦੇ ਬਾਗਲੇ ਨਾ ਹੋਣ ਕਰਕੇ ਹਵਾ ਬਹੁਤ ਵਧੀਆ ਆਉਂਦੀ ਹੁੰਦੀ ਸੀ ਚਾਰੇ ਪਾਸਿਓਂ, ਅਤੇ ਸ਼ਾਮ ਨੂੰ ਧਾਰਾਂ ਧੁਰਾਂ ਚੋ ਕੇ ਪਸ਼ੂਆਂ ਕੋਲ ਵੀ ਧੂੰਆਂ ਕਰ ਦੇਣਾ ਤਾਂ ਕਿ ਉਹਨਾਂ ਦੇ ਮੱਛਰ ਨਾ ਲੜੇ। ਉਹ ਧੂੰਆਂ ਸਾਨੂੰ ਚੜ੍ਹੀ ਵੀ ਜਾਣਾ ਅਤੇ ਕਈ ਤਾਂ ਅਸੀਂ ਪਿੰਡਿਆਂ 'ਤੇ ਮਿੱਟੀ ਦਾ ਤੇਲ ਮਲ ਕੇ ਵੀ ਸੌਂਦੇ ਦੇਖਿਆ। ਕਹਿੰਦੇ ਸੀ ਮਿੱਟੀ ਦੇ ਤੇਲ ਦੇ ਮੁਸ਼ਕ ਕੋਲ ਮੱਛਰ ਨਹੀਂ ਆਉਂਦੇ। ਫਿਰ ਰਾਤ ਨੂੰ ਪਹਿਲਾਂ ਬੈਠਿਆਂ ਨੇ ਗੱਲਾਂ ਬਾਤਾਂ ਕਰੀ ਜਾਣੀਆਂ ਅਤੇ ਸਾਨੂੰ ਸਮਾਉਣ ਲਈ ਕਿਸੇ ਨਾ ਕਿਸੇ ਨੇ ਆਪਦੇ ਨਾਲ ਪਾ ਕੇ ਸਾਨੂੰ ਬਾਤਾਂ ਜਾਂ ਕਹਾਣੀਆਂ ਸੁਣਾਈ ਜਾਣੀਆਂ, ਅਤੇ ਘਰਾਂ ਦੇ ਬੰਦੇ ਵੀ ਆਂਢ ਗੁਆਂਢ ਦੇ ਬੰਦਿਆਂ ਨਾਲ ਬਹਿ ਕੇ ਦੇਰ ਰਾਤ ਤੱਕ ਹੱਸੀ ਖੇਡੀ ਜਾਂਦੇ ਰਹਿੰਦੇ ਸੀ। ਕਿਸੇ ਨੇ ਕੋਈ ਚੁਟਕਲਾ ਸੁਣਾ ਦੇਣਾ, ਕਿਸੇ ਨੇ ਕੋਈ ਗਾਣਾ ਸੁਣਾਉਣ ਲੱਗ ਜਾਣਾ, ਫਿਰ ਬਾਬਾ ਟਿੱਕੀ ਰਾਤੋਂ ਹੀ ਆਪਦੇ ਜੁੱਲਿਆਂ 'ਚ ਆ ਕੇ ਵੜਨਾ। ਉਦੋਂ ਨਾ ਤਾਂ ਲੋਕਾਂ ਕੋਲ ਮੋਬਾਈਲ ਹੁੰਦੇ ਸੀ, ਨਾ ਹੀ ਬਾਹਲੀ ਆਕੜ, ਅਤੇ ਨਾ ਹੀ ਆਪਦੇ ਆਪ ਨੂੰ ਕੋਈ ਸਿਆਣਾ ਕਹਾ ਕੇ ਫੁਕਰੀ ਮਾਰਦਾ ਹੁੰਦਾ ਸੀ। ਜਿਹਦੇ ਮੂੰਹ 'ਚ ਜੋ ਆਈ ਜਾਣਾ ਉਹਨੇ ਸੁਣਾਈ ਜਾਣਾ, ਬਸ ਹੱਸ ਖੇਡ ਕੇ ਮਜ਼ੇ ਲੈਂਦੇ ਸੀ। ਪਰ ਹੁਣ ਇਹ ਗੱਲਾਂ ਖਤਮ ਹੋ ਗਈਆਂ ਕਿਉਂਕਿ ਲੋਕਾਂ ਨੂੰ ਟੀਵੀ ਦੇ ਨਾਟਕਾਂ ਅਤੇ ਮੋਬਾਈਲਾਂ ਨੇ ਇੰਨਾ ਬਿਜ਼ੀ ਅਤੇ ਇਕੱਲਿਆਂ ਕਰਤਾ ਕਿ ਹਰ ਕੋਈ ਅੱਡ ਅੱਡ ਕਮਰਿਆਂ 'ਚ ਬੈਠਾ ਆਪੋ ਆਪਣੀ ਨਕਲੀ ਜੀ ਦੁਨੀਆ 'ਚ ਹੀ ਮਗਨ ਆ। ਜਾਣੀ ਜਿਹੜੇ ਦੂਰ ਆ ਉਹਨਾਂ ਨਾਲ ਤਾਂ ਘੰਟਾ ਘੰਟਾ ਚਾਟਾਂ ਅਤੇ ਵਟਸਐਪ ਕਾਲਾਂ ਕਰੀ ਜਾਂਦੇ ਆ, ਜਿਹੜੇ ਕੋਲੇ ਫਿਰਦੇ ਆ ਪੂਰੇ ਦਿਨ 'ਚ ਮਸਾਂ ਇੱਕ ਅੱਧੀ ਵਾਰੀ ਗੱਲ ਕਰਦੇ ਆ। ਮੈਂ ਦੋਸਤੋ ਟੈਕਨੋਲੋਜੀ ਦੇ ਖਿਲਾਫ ਨਹੀਂ, ਪਰ ਇਹ ਤਾਂ ਸਾਡੀ ਜ਼ਿੰਦਗੀ ਨੂੰ ਆਸਾਨ ਕਰਨ ਲਈ ਬਣੀ ਸੀ, ਨਾ ਕਿ ਸਾਡੀ ਜ਼ਿੰਦਗੀ ਨੂੰ ਨਰਕ ਬਣਾਉਣ ਲਈ। ਕਹਿੰਦੇ ਕਿਸੇ ਵੀ ਚੀਜ਼ ਦਾ ਜ਼ਿਆਦਾ ਇਸਤੇਮਾਲ ਤਾਂ ਮਾੜਾ ਹੀ ਹੁੰਦਾ। ਸਾਡੇ ਵੇਲੇ ਤਾਂ ਬਾਬੇ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਜ਼ਿਆਦਾ ਖਾਈ ਨਾ ਬਾਦੀ ਕਰਦਾ, ਓਨਾ ਹੀ ਖਾਓ ਜਿੰਨੀ ਲੋੜ ਆ। ਜਾਣੀ ਅਸੀਂ ਗਾਂਹ ਨੂੰ ਜਾਂਦੇ ਜਾਂਦੇ ਬਹੁਤ ਦੂਰ ਚਲੇ ਗਏ ਹਾਂ ਅਤੇ ਆਪਦੀਆਂ ਕਦਰਾਂ ਕੀਮਤਾਂ ਨੂੰ ਬਹੁਤ ਸਪੀਡ ਨਾਲ ਭੁੱਲਦੇ ਜਾ ਰਹੇ ਹਾਂ। ਇਹ ਚਿੰਤਾ ਦਾ ਵਿਸ਼ਾ ਕਿਉਂਕਿ ਫੋਨਾਂ 'ਤੇ ਇਕੱਲਿਆਂ ਰਹਿ ਰਹਿ ਕੇ ਦੁਨੀਆ ਭਰ ਦੇ ਝਮੇਲਿਆਂ 'ਚ ਹਰ ਕੋਈ ਫਸਿਆ ਪਿਆ, ਫਿਰ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ, ਕਈ ਤਾਂ ਇੰਨਾ ਤੰਗ ਆ ਜਾਂਦੇ ਆ ਕਿ ਨਸ਼ੇ ਵੀ ਕਰਨ ਲੱਗ ਜਾਂਦੇ ਆ। ਪਰ ਜਿਹੜਾ ਪੁਰਾਣਾ ਸਾਡੇ ਵੇਲੇ ਦਾ ਮਾਹੌਲ ਸੀ, ਉਦੋਂ ਪਿੰਡਾਂ 'ਚ ਇਕੱਲੇ ਭਈਏ ਹੀ ਬੀੜੀ ਪੀਂਦੇ ਹੁੰਦੇ ਸੀ, ਅਤੇ ਉਹ ਵੀ ਮੋਟਰਾਂ 'ਤੇ। ਜੇ ਕਿਤੇ ਉਹ ਕਿਸੇ ਸਿੱਖ ਨੂੰ ਦੇਖ ਲੈਂਦੇ ਸੀ ਤਾਂ ਨਾਲ ਹੀ ਸੁੱਟ ਦਿੰਦੇ ਸੀ, ਅਤੇ ਕੋਈ ਕੋਈ ਟਰੱਕ ਡਰਾਈਵਰ ਜਰਦਾ ਜੁਰਦਾ ਲਾ ਲੈਂਦਾ ਸੀ, ਪਰ ਇੰਨਾ ਆਮ ਨਹੀਂ ਸੀ। ਉਹ ਵੀ ਵੱਡੇ ਛੋਟੇ ਤੋਂ ਓਲਾ ਰੱਖ ਕੇ ਲਾਉਂਦੇ ਸੀ, ਪਰ ਹਾਂ ਸ਼ਰਾਬ ਜ਼ਰੂਰ ਪੀਂਦੇ ਹੁੰਦੇ ਸੀ, ਉਹ ਵੀ ਘਰ ਦੀ ਕੱਢ ਕੇ। ਪਰ ਅੱਜ ਕੱਲ੍ਹ ਤਾਂ ਸਾਡੇ ਆਪਦੇ ਸਿੱਖਾਂ ਦੇ ਮੁੰਡੇ ਹੀ ਬਾਲ ਬੂਲ ਕਟਾ ਕੇ ਸਿਗਟਾਂ ਬੀੜੀਆਂ ਤਾਂ ਕੀ ਹੋਰ ਵੱਡੇ ਵੱਡੇ ਨਸ਼ੇ ਵੀ ਕਰੀ ਜਾਂਦੇ ਆ। ਇਹ ਸਭ ਇਸੇ ਕਰਕੇ ਹੀ ਆ ਕਿ ਅੱਜ ਕੱਲ੍ਹ ਪਰਿਵਾਰ ਇਕੱਠੇ ਬੈਠ ਕੇ ਗੱਲਾਂ ਬਾਤਾਂ ਨਹੀਂ ਕਰਦੇ, ਆਂਢ ਗੁਆਂਢ ਨਾਲ ਬੈਠ ਕੇ ਮਹਿਫਲਾਂ ਨਹੀਂ ਲਾਉਂਦੇ, ਕਿਸੇ ਕੋਲ ਟਾਈਮ ਹੀ ਨਹੀਂ ਆ। ਬਸ ਜਿਵੇਂ ਮਸ਼ੀਨਾਂ ਤੁਰੀਆਂ ਫਿਰਦੀਆਂ ਹੁੰਦੀਆਂ ਜਾਂ ਰੋਬਟ ਤੁਰੇ ਫਿਰਦੇ ਹੁੰਦੇ ਆ, ਉਵੇਂ ਹੀ ਤੁਰੇ ਫਿਰਦੇ ਆ। ਪਰ ਮੈਨੂੰ ਪਾਕਿਸਤਾਨ 'ਚੋਂ ਪੀਰ ਆਬਿਦ ਅਲੀ ਸ਼ਾਹ ਜੀ ਨੇ ਆਪਦੇ ਘਰ ਸਜਾਈ ਹੋਈ ਇੱਕ ਮਹਿਫਲ ਦੀਆਂ ਕੁਝ ਵੀਡੀਓ ਭੇਜੀਆਂ, ਜਿਨ੍ਹਾਂ ਨੂੰ ਦੇਖ ਕੇ ਮੈਨੂੰ ਆਪਣਾ ਨਿੱਕੇ ਹੁੰਦੇ ਦਾ ਸਮਾਂ ਯਾਦ ਆ ਗਿਆ। ਉਦੋਂ ਸਾਡੇ ਘਰਾਂ 'ਚ ਵੀ ਰਾਤ ਨੂੰ ਇੱਦਾਂ ਹੀ ਉੱਚੀ ਉੱਚੀ ਗਾਣੇ ਗਾਏ ਜਾਂਦੇ ਸੀ। ਇਉਂ ਕਰੋ, ਮੈਂ ਪਹਿਲਾਂ ਤੁਹਾਨੂੰ ਇਹ ਮਹਿਫਲ ਦਿਖਾ ਦਿੰਦਾ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਹਾਂ। ਪਹਿਲੇ ਆਪ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ, ਇਤਾ ਹੈ ਕੋਈ ਦਰਦ ਓ ਖਾਲਾ, ਓ ਮੇਰਾ ਜਿਹੜਾ ਬੋਰ ਤਸਲ ਮੈਨੂੰ ਆਖਦਾ ਏ, ਗਦਾ ਬਣਾਇਆ ਸੂ ਹਮ ਕੌਣ ਰਮਜ਼ਾਨ
ਹੋਰ ਦੇ ਨਹੀਂ ਬਸਾ ਉਹ ਮੇਰਾ ਬਿਨਾ ਜਾਣ ਪਛਾਣ ਦੇ ਕੌਣ ਸਮਝੇ ਬੋਲੀਆਂ ਜੋ ਵਾਰਸ ਹੀਰ ਆਖ ਦੀਆ ਉਹ ਜਾ ਸਥੋਂ ਕੋਈ ਖੁਸ਼ੀ ਨਾ ਹੋਵੇ ਤੇ ਉਹ ਹੱਸੀਏ ਕਿਉਂ ਪਰਦੇਸੀਆਂ ਜੋਗੀਆਂ ਕਮਲਿਆਂ ਨੂੰ ਜੂ ਦਾ ਭੇਦ ਕਿਆ ਦੱਸੀਏ ਜਿਹੜਾ ਕੰਨ ਲਬੇਟ ਕੇ ਨਸ ਜਾਏ ਉਹਨੂੰ ਮਗਰ ਲੱਗ ਕੇ ਉਹ ਤਸੀਏ ਵਾਰਸ ਸ਼ਾਮੀਆਂ ਉਜਾੜ ਕੇ ਵਸਦਿਆਂ ਫਿਰ ਆਪ ਖੈਰ ਨਾਲ मुझे क्या गरज है बहार से न पूछ मुझसे बागबा मुझे क्या गरज है बहार से न चमन मेरा न जे आशिया न चमन मेरा न जे आशिया ਜੇ ਖਿਜ਼ਾਂ ਵੀ ਆਏ ਤੋ ਗਮ ਜੋ ਲਿਗਾ ਕੇ ਆਗ ਗਏ ਕਿਉਂ ਫਿਰ ਤੁਹਾਨੂੰ ਵੀ ਆ ਗਿਆ ਨਾ ਪੁਰਾਣਾ ਸਮਾਂ ਯਾਦ ਅਸੀਂ ਪੀਰ ਆਬਿਦ ਅਲੀ ਸ਼ਾਹ ਜੀ ਪਾਕਿਸਤਾਨ ਵਾਲੇ ਵੀਰ ਦੇ ਬਹੁਤ ਧੰਨਵਾਦੀ ਹਾਂ ਦੋਸਤੋ ਇਹਨਾਂ ਦਾ ਪਿਛਲਾ ਪਿੰਡ ਨੂਰਪੁਰ ਬੇਟ ਹੀ ਆ ਇਹਨਾਂ ਨੇ ਇਸੇ ਕਰਕੇ ਮੈਨੂੰ ਇਹ ਵੀਡੀਓਜ਼ ਭੇਜੀਆਂ ਸੀ ਕਿਉਂਕਿ ਅਸੀਂ ਇੱਕ ਦਿਨ ਗੱਲਾਂ ਕਰਦੇ ਸੀ ਪੁਰਾਣੇ ਪੰਜਾਬ ਦੀਆਂ ਸੱਚੀ ਯਾਦ ਆ ਗਈ ਯਾਰ ਸਾਰੀ ਗੱਲਬਾਤ ਮੈਨੂੰ ਕਿਸੇ ਹੋਰ ਦਾ ਤਾਂ ਪਤਾ ਨਹੀਂ ਪਰ ਮੈਂ ਤਾਂ ਬਹੁਤ ਮਿਸ ਕਰਦਾ ਪੁਰਾਣੇ ਸਮੇਂ ਨੂੰ ਕਾਸ਼ ਕਿ ਇਹ ਟੈਕਨੋਲੋਜੀ ਨਾ ਆਈ ਹੁੰਦੀ ਨਾ ਹੀ ਹਰੀ ਕ੍ਰਾਂਤੀ ਆਈ ਹੁੰਦੀ ਕਦੇ ਸ਼ਲਗਮਾਂ ਦੀ ਸਬਜ਼ੀ ਕਦੇ ਕੱਦੂਆਂ ਦੀ ਕਦੇ ਤੋਰੀਆਂ ਦੀ ਕਦੇ ਸਰ੍ਹੋਂ ਦਾ ਸਾਗ ਕਪਾਹਾਂ ਚੁਗਣੀਆਂ ਖਾਲ ਘੜਨੇ ਕੱਸੀ ਦੇ ਪਾਣੀ ਲਾਉਣੇ ਮੱਕੀ ਦੀਆਂ ਛੱਲੀਆਂ ਟਾਂਡਿਆਂ ਤੋਂ ਤੋੜਨੀਆਂ ਫਿਰ ਵਿਹੜੇ 'ਚ ਛੱਲੀਆਂ ਦਾ ਢੇਰ ਲਾ ਕੇ ਉਹਦੇ ਉੱਤੋਂ ਦੀ ਬਲਦਾਂ ਨਾਲ ਗਾਉਣੀਆਂ ਜੰਤਰ ਛੱਪੜਾਂ 'ਚ ਭਿਉਂ ਕੇ ਬੁੜਿਆਂ ਨੇ ਬਹਿ ਕੇ ਛਿੱਲੀ ਜਾਣਾ ਤੂਤ ਦੀਆਂ ਛਿਟੀਆਂ ਦੇ ਟੋਕਰੇ ਬਣਾਉਣੇ ਸ਼ਾਮ ਨੂੰ ਹਾਕੀਆਂ ਕੌਡੀਆਂ ਬਾਂਟੇ ਡੀਟੀ ਪਾੜਾ ਅਤੇ ਬਾਂਦਰ ਕੀਲੇ ਖੇਡਣੇ ਅਤੇ ਧੂੜ 'ਚ ਲਿਬੜਿਆਂ ਨੇ ਘਰ ਆ ਕੇ ਝਾਵੇਂ ਨਾਲ ਮੈਲ ਰਗੜ ਰਗੜ ਕੇ ਗੋਡੇ ਗਿੱਟੇ ਲਾਲ ਕੱਢ ਲੈਣੇ ਕਿਉਂਕਿ ਅਸੀਂ ਉਹ ਆਪ ਨਹੀਂ ਰਗੜਦੇ ਹੁੰਦੇ ਸੀ ਬੀਬੀ ਨੇ ਬੱਠਲ 'ਚ ਕੋਸਾ ਜਿਹਾ ਪਾਣੀ ਪਾ ਕੇ ਸਾਨੂੰ ਮੰਜੇ 'ਤੇ ਬਿਠਾ ਕੇ ਉਹਦੇ 'ਚ ਪੈਰ ਪਵਾ ਕੇ ਰਗੜਨੇ ਕਾਸ਼ ਉਹ ਦਿਨ ਕਿਤੇ ਵਾਪਸ ਆ ਜਾਣ ਮੇਰੀ ਦਾਦੀ ਮੈਨੂੰ ਪੁੱਛੇ ਦੱਸ ਤਾਂ ਨਿੱਕਾ ਜਿਹਾ ਸਿਪਾਹੀ ਉਹਦੀ ਖਿੱਚ ਕੇ ਵਰਦੀ ਲਾਈ ਇਹਦਾ ਉੱਤਰ ਕੀ ਆ ਅਸੀਂ ਕਾਫੀ ਸੋਚੀ ਜਾਣਾ ਤਾਰੇ ਦੇਖੀ ਜਾਣੇ ਫਿਰ ਆਪ ਹੀ ਉਹਨੇ ਕਹਿਣਾ ਜਾ ਵੇ ਤੂੰ ਵੀ ਮਾਧੋ ਹੀ ਆ ਨਿੱਕਾ ਜਿਹਾ ਸਿਪਾਹੀ ਉਹਦੀ ਖਿੱਚ ਕੇ ਵਰਦੀ ਲਾਈ ਦਾ ਉੱਤਰ ਆ ਕੇਲਾ ਫਿਰ ਉੱਚੀ ਉੱਚੀ ਹੱਸ ਕੇ ਪਤਾ ਹੀ ਨਾ ਲੱਗਣਾ ਕਦੋਂ ਦਾਦੀ ਦੇ ਢਿੱਡ ਨਾਲ ਲੱਗ ਕੇ ਸੌਂ ਜਾਣਾ ਬਸ ਵੀਰਿਓ ਅੱਜ ਇੰਨਾ ਹੀ ਨਹੀਂ ਤਾਂ ਯਾਰ ਰੋਣਾ ਨਿਕਲ ਆਊ ਜਿਉਂਦੇ ਰਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੱਬ ਰਾਖਾ ਦੋਸਤੋ